ਹਾਂਜੀ ਵੀਰ ਜੀ, ਗੱਲ ਤਾਂ ਹੈ ਜੀ, ਖਲਾਅ ਬਣਿਆ ਹੋਇਆ ਸਾਰਾ ਆਪਣੇ ਪੰਜਾਬ ਦੇ ਵਿੱਚ ਧਰਮ ਦਾ ਤੇ ਆਪਣੇ ਪੋਲੀਟੀਕਲ ਪਾਵਰ ਦਾ, ਪਰ ਗੱਲ ਇਹ ਵੀ ਇਹਦਾ ਆਨਸਰ ਵੀ ਅੰਮ੍ਰਿਤਪਾਲ ਵੀ ਨਹੀਂ ਹੈਗਾ, ਕਿਉਂਕਿ ਅੰਮ੍ਰਿਤਪਾਲ ਦੀ ਵੀ ਸੋਚ ਹੈਗੀ, ਉਹ ਤਾਂ ਚਾਹੇ ਹੁਣ ਜਿਵੇਂ ਇਲੈਕਸ਼ਨ ਵੇਲੇ ਬੰਦਾ ਕੁਝ ਵੀ ਕਹਿ ਦਿੰਦਾ ਵੀ ਸਾਨੂੰ ਵੋਟਾਂ ਪਾਓ, ਜਿਹੜੀ ਉਹਦੀ ਅਸਲੀ ਸੋਚ ਤਾਂ ਵੱਖਵਾਦ ਦੀ ਹੈਗੀ ਹੈ ਨਾ, ਕਿ ਸਾਨੂੰ ਇੱਕ ਖਾਲਿਸਤਾਨ ਚਾਹੀਦਾ, ਜਿਹੜਾ ਕਿ 47 ਤੋਂ ਬਾਅਦ ਇਹ ਉਦੋਂ ਪਹਿਲਾਂ ਸੀਗੀ ਇਹ ਗੱਲ, ਹੋ ਸਕਦੀ ਉਸ ਤੋਂ ਬਾਅਦ ਹੁਣ ਇਹ ਨਾਮੁਮਕਿਨ ਜਿਹਾ ਲੱਗਦਾ ਕੰਮ। ਬਾਕੀ ਜਿਹੜੀ ਗੱਲ ਹੈਗੀ ਜੀ, ਜਿਵੇਂ ਬਾਪੂ ਹੁਣ ਇਹ ਵੀ ਬਾਪੂ ਜੀ ਆਏ ਨੇ, ਉਦੋਂ ਪਹਿਲਾਂ ਦੂਜੇ ਬਾਪੂ ਨੇ ਭਿੰਡਰਾਂ ਵਾਲੇ ਦੇ ਬਾਪੂ, ਆਪਣੇ ਕੇਰ ਸਿੰਘ ਦੇ ਬਾਪੂ, ਬਾਪੂਆਂ ਦੀ ਗੱਲ ਬਣਦੀ ਨੀ, ਬਾਪੂਆਂ ਦੀ ਸੋਚ ਤਾਂ ਆਪਦੀ ਨੀ ਹੁੰਦੀ, ਸੋਚ ਤਾਂ ਬੰਦੇ ਦੀ ਕਿਸੇ ਹੋਰ ਦੀ ਹੁੰਦੀ ਆ, ਇਸ ਕਰਕੇ ਸੋਚ ਇਹਨਾਂ ਨੂੰ ਆਪਣੀ ਮੂਹਰੇ ਲਿਆਉਣੀ ਪੈਣੀ। ਬਾਕੀ ਪਾਰਟੀ ਤਾਂ ਖੇਤਰੀ ਦੀ ਬਹੁਤ ਜ਼ਰੂਰਤ ਆ, ਜਿਹੜੀ ਸਿੱਖ ਧਰਮ ਤੋਂ ਸੇਧ ਲੈ ਕੇ ਸਾਰੇ ਲੋਕਾਂ ਨੂੰ ਨਾਲ ਲੈ ਕੇ ਸਾਂਝੀ ਵਾਲਤ ਦਾ ਕੰਮ ਲੈ ਕੇ ਚੱਲੇ, ਪਰ ਉਹਦਾ ਇਹਨਾਂ ਨਾ ਤਾਂ ਇਹਨਾਂ ਕੋਲ ਇੰਟਲੈਕਟ ਹੈਗਾ, ਨਾ ਇਹਨਾਂ ਕੋਲ ਇੱਦਾਂ ਦਾ ਮੂਹਰੇ ਹੈਗੇ ਬੰਦੇ ਵੀ, ਜਿਹੜੇ ਬੰਦੇ ਲੋਕਾਂ ਨੂੰ ਦੇਖਣ ਵੀ ਬੰਦੇ ਸਾਡੇ ਪੰਜਾਬ ਦਾ ਕਰੇ। ਹਾਂ, ਅਕਾਲੀ ਦਲ ਤੋਂ ਬਦਲ ਆਊਗਾ, ਪਾਰਟੀ ਇੱਕ ਹੋਰ ਵੀ, ਪਾਰਟੀ ਇੱਕ ਹੋਰ ਵੀ ਸੰਦਰਭ ਦੇ ਵਿੱਚ ਅੱਗੇ ਅੱਗੇ ਨੀ ਆ ਰਹੀ, ਉਹ ਜਾ ਕੇ ਆਪਣਾ 27 ਦੇ ਵਿੱਚ ਆਪਣਾ ਐਲਾਨ ਕਰਨ ਨੂੰ ਫਿਰ ਕਹਿੰਦੇ ਆ, ਉਹ ਵੀ ਸਿੱਖ ਧਰਮ ਦੇ ਅੰਦਰ ਹੀ ਚੱਲ ਰਿਹਾ ਕਰਮ ਕੰਮ। ਬਾਕੀ ਗੱਲ ਇਹ ਆ ਵੀ ਜਿਹੜੀ ਇਹ ਆਪਣੇ ਹੈਗੀਆਂ ਪਾਰਟੀਆਂ, ਚਾਹੇ ਕੋਈ ਮਰਜ਼ੀ ਆਈ ਜਾ, ਜਿੰਨਾ ਚਿਰ ਇਹ ਪਾਰਟੀਆਂ ਦੇ ਬੰਦਿਆਂ ਦੇ ਵਿੱਚ ਜਾਂ ਲੋਕ ਜਿਹੜੇ ਸਹੀ ਬੰਦਿਆਂ ਨੂੰ ਵੋਟਾਂ ਨਹੀਂ, ਸਹੀ ਬੰਦਿਆਂ ਨੂੰ ਅੱਗੇ, ਹੁਣ ਆਮ ਆਦਮੀ ਲੈ ਕੇ ਆਏ ਸੀ, ਆਮ ਆਦਮੀ ਦੇ ਨਾਲ ਚਾਹੇ ਸੈਂਟਰ ਨੇ ਉਹਨਾਂ ਦਾ ਗਲਾ ਘੁੱਟ ਲਿਆ, ਜਾਂ ਵਿੱਚੋਂ ਉਹਨਾਂ ਦੀ ਪ੍ਰੋਬਲਮ ਆ, ਹਰੇ ਪਰਫੋਰਮ ਨਹੀਂ ਕਰ ਰਹੇ, ਇਸ ਕਰਕੇ ਖਲਾਅ ਤਾਂ ਹੈਗਾ। ਇਹ ਖਲਾਅ ਦੇ ਵਿੱਚੋਂ ਕੌਣ ਪਾਰਟੀ ਅੱਗੇ ਆਉਂਦੀ ਆ ਉਹਦਾ ਕੋਈ ਪਤਾ ਨਹੀਂ ਹੈਗਾ। ਪਰ ਜਿਹੜਾ ਅੰਮ੍ਰਿਤਪਾਲ ਉਹਨਾਂ ਦੀ ਸੋਚ ਆ, ਇਹ ਪੰਜਾਬ ਦੀ ਪੋਲੀਟਿਕਸ ਦੀ ਖਾਤਰ ਆਨਸਰ ਨਹੀਂ ਹੈਗਾ, ਇਹ ਪੰਜਾਬ ਦੇ ਹਾਲਾਤਾਂ ਨੂੰ ਇਦੋਂ ਵੀ ਜ਼ਿਆਦਾ ਖਰਾਬ ਕਰ ਦੇਣਗੇ, ਜਸਟ ਇਨ ਕੇਸ ਜੇ ਅੱਗੇ 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 ਆ ਗਏ ਤਾਂ ਇਹ ਹਾਲਾਤਾਂ ਨੂੰ ਹੋਰ ਖਰਾਬ ਕਰ ਲੈਣਗੇ। ਨਾਲ ਨਾਲ ਬਲਿੰਦਰ ਜੀ, ਇੱਕ ਹੋਰ ਵੀ ਗੱਲ ਜਦੋਂ ਲੋਕੀ ਕਹਿੰਦੇ ਆ ਜੀ ਵੀ ਇਹ ਪਾਰਟੀ ਸ਼ਾਇਦ ਅਕਾਲੀ ਦਲ ਦੀ ਜਗ੍ਹਾ ਲੈ ਸਕਦੀ ਆ, ਉੱਥੇ ਉਹ ਵੀ ਗੱਲ ਕਰਦੇ ਆ ਕਿ ਆਮ ਆਦਮੀ ਪਾਰਟੀ ਦਾ ਗ੍ਰਾਫ ਥੱਲੇ ਜਾ ਰਿਹਾ, ਤੁਹਾਨੂੰ ਵਾਕਈ ਲੱਗਦਾ ਵਾ ਕਿ ਉਹ ਗ੍ਰਾਫ ਥੱਲੇ? ਦੇਖੋ, ਜਿਹੜੀ ਪਾਰਟੀ ਪਾਵਰ ਦੇ ਵਿੱਚ ਹੁੰਦੀ ਹੈ, ਜਿਵੇਂ ਖਾਸ ਕਰਕੇ ਗ੍ਰਾਫ ਥੱਲੇ ਜਾਣੇ ਜਾਣਾ, ਉਹਨੀਆਂ ਸੀਟਾਂ ਮੁੜ ਕੇ ਆਉਣੀਆਂ ਨੀ, ਹਾਂ ਇਹ ਸਰਕਾਰ ਬਣਾਉਣ ਦੇ ਜੋ ਹਿਸਾਬ ਚ ਰਹਿੰਦੇ ਜਾਂ ਨਹੀਂ ਰਹਿੰਦੇ ਉਹ ਡਿਫਰੈਂਟ ਸਟੋਰੀ ਆ। ਅਕਾਲੀ ਦਲ ਦਾ ਜਿੰਨਾ ਚਿਰ ਆਪਣੇ ਬਾਦਲ ਪਰਿਵਾਰ ਤੋਂ ਮਗਰ ਨਹੀਂ ਹਟਦਾ, ਜਿਹੜੇ ਐਗਜਿਸਟਿੰਗ ਸਾਰੇ ਆ, ਚਾਹੇ ਦੂਸਰੇ ਸੁਧਾਰ ਲਹਿਰ ਵਾਲੇ ਹੋਣ, ਕਿਉਂਕਿ ਕਸੂਰਵਾਰ ਤਾਂ ਉਹਨਾਂ ਹੀ ਆ। ਹੁਣ ਇਹਨਾਂ ਦੇ ਆਪਸ ਵਿੱਚ ਲੜਾਈ ਦੇ ਵਿੱਚ ਲੋਕਾਂ ਦੇ ਮੂਹਰੇ ਹੋਰ ਵੀ ਬਹੁਤ ਕੁਛ ਆ ਗਿਆ, ਜਿਹੜਾ ਆਪ ਪਹਿਲਾਂ ਨੀ ਦੱਸਦੇ ਸੀ। ਹੁਣ ਇਹਨਾਂ ਲੀਡਰਾਂ ਵਿੱਚੋਂ ਤਾਂ ਨਾਮੁਮਕਿਨ, ਜਿੰਨਾ ਚਿਰ ਮਗਰ ਨਹੀਂ ਹਟਦੇ। ਹਾਂ, ਕਿ ਹੋਰ ਇਸ ਸੰਦਰਭ ਦੇ ਵਿੱਚ ਪਾਰਟੀ ਆਵੇ ਜਿਹੜੀ ਸਿੱਖ ਧਰਮ ਤੋਂ ਸੇਧ ਲੈ ਕੇ ਚੱਲੇ, ਕਿਉਂਕਿ ਸਿੱਖ ਧਰਮ ਦੇ ਵਿੱਚ ਸਾਰੇ ਲੋਕਾਂ ਨੂੰ ਇੱਕੋ ਜਿਹਾ ਰੱਖਿਆ ਗਿਆ, ਇਸ ਕਰਕੇ ਉਸ ਢੰਗ ਨਾਲ ਚੱਲੇ, ਉਹਨਾਂ ਹਿੰਦੂ ਵੀ ਮਗਰ ਲੱਗ ਜਾਣਗੇ, ਮੁਸਲਮਾਨ ਵੀ ਮਗਰ ਲੱਗ ਜਾਣਗੇ। ਪਰ ਜਿਸ ਹਿਸਾਬ ਨਾਲ ਇਹ ਆਪਾਂ ਲੈ ਕੇ ਆਉਂਦੇ ਹਾਂ ਵੱਖਵਾਦੀ, ਜਾਂ ਕਿਹਾ ਸਾਨੂੰ ਅਲੱਗ ਚਾਹੀਦਾ, ਜਾਂ ਸਾਨੂੰ ਆਹ ਵੀ ਅਸੀਂ ਹਿੰਦੂ ਮਾੜੇ ਨੇ ਮੁਸਲਮਾਨ ਮਾੜੇ ਨੇ, ਉਸ ਢੰਗ ਨਾਲ ਨਾ ਪੰਜਾਬ ਦਾ ਫਾਇਦਾ ਹੋਣਾ, ਨਾ ਹੀ ਪਾਰਟੀ ਕਿਸੇ ਨੇ ਇੱਥੇ ਪੰਜਾਬ ਦੇ ਵਿੱਚ ਸਕਸੈਸਫੁਲ ਹੋਣਾ। ਸ਼ੋਰ, ਥੈਂਕ ਯੂ, ਥੈਂਕ ਯੂ ਗੁਰਿੰਦਰ ਗਿੱਲ ਜੀ, ਬਹੁਤ ਮਿਹਰਬਾਨੀ।